ਤਾਂ ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਾਈਬਲ ਕਲਾ ਇਨਸਾਫ ਮੋਰਚੇ ਦੇ ਮੋਢੀ ਨੂੰ ਗੋਲੀ ਲੱਗ ਗਈ ਹੈ ਜੀ ਹਾਂ ਸੁਖਰਾਜ ਸਿੰਘ ਨੂੰ ਗੋਲੀ ਵੱਜੀ ਹੈ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਹੈ ਸੁਖਰਾਜ ਸਿੰਘ ਜੋ ਕਿ ਬਾਈਬਲ ਕਲਾ ਇਨਸਾਫ ਮੋਰਚੇ ਦੀ ਅਗਵਾਈ ਕਰ ਰਿਹਾ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਗਵਾਈ ਇਸ ਦੇ ਵੱਲੋਂ ਹੀ ਕੀਤੀ ਗਈ ਹੈ ਤੇ ਇਸ ਦੀ ਬਾਹ ਤੇ ਗੋਲੀ ਲੱਗੀ ਹੈ ਦੱਸ ਦਈਏ ਕਿ ਬਾਈਬਲ ਕਲਾ ਇਨਸਾਫ ਮੋਰਚੇ ਦਾ ਮੋਦੀ ਸੁਖਰਾਜ ਸਿੰਘ ਜੋ ਕਿ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਹੈ ਦਰਸਲ 2015 ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਿੱਖ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਹੋਇਆ ਸੀ ਇਸ ਦੇ ਵਿੱਚ ਫਾਇਰਿੰਗ ਹੋਈ ਅਤੇ ਦੋ ਸਿੱਖ ਸ਼ਹੀਦ ਹੋ ਗਏ ਸੀ ਉਹਨਾਂ ਦੇ ਵਿੱਚੋਂ ਕ੍ਰਿਸ਼ਨ ਭਗਵਾਨ ਸਿੰਘ ਇੱਕ ਸਨ ਉਹਨਾਂ ਦਾ ਮੁੰਡਾ ਸੁਖਰਾਜ ਜੋ ਕਿ 2015 ਤੋਂ ਲੈ ਕੇ ਹੁਣ ਤੱਕ ਬੈਬਲ ਕਲਾ ਇਨਸਾਫ ਮੋਰਚੇ ਦਾ ਮੋਢੀ ਰਿਹਾ ਏ ਤੇ ਉਸਦੇ ਹੁਣ ਬਾਹ ਤੇ ਗੋਲੀ ਚੱਲੀ ਹੈ ਦਰਸਲ ਤੁਹਾਨੂੰ ਦੱਸ ਦਿੰਨੇ ਆ ਗੋਲੀ ਚੱਲਣ ਦੀ ਵਜ੍ਹਾ ਕੀ ਹੈ ਜਦ ਸੁਖਰਾਜ ਸਿੰਘ ਘਰ ਬੈਠ ਕੇ ਆਪਣੇ ਰਿਵਾਲਵਰ ਦੀ ਸਫਾਈ ਕਰ ਰੇ ਸੀ ਉਸ ਵੇਲੇ ਅਚਾਨਕ ਗੋਲੀ ਚੱਲ ਜਾਂਦੀ ਹੈ ਗੋਲੀ ਸਿੱਧੀ ਉਹਨਾਂ ਦੀ ਬਾਹ ਦੇ ਵਿੱਚ ਵੱਜਦੀ ਹੈ ਤੇ ਚੰਗੀ ਖਬਰ ਇਹ ਰਹੀ ਕਿ ਗੋਲੀ ਬਾਹ ਦੇ ਅੰਦਰ ਨਹੀਂ ਵੜੀ ਲੱਗ ਕੇ ਬਾਹ ਦੇ ਨਾਲ ਅੱਗੇ ਲੰਗ ਗਈ ਜਿਸ ਕਰਕੇ ਬਚਾਹ ਹੋ ਗਿਆ ਸੁਖਰਾਜ ਸਿੰਘ ਦਾ ਗੌਰਤਲਬ ਹੈ ਕਿ ਬਾਬਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਸੁਖਰਾਜ ਸਿੰਘ ਜੋ ਕਿ ਇਸ ਗੋਲੀकांड ਮਾਮਲੇ ਦੀ ਪੈਰਵੀ ਕਰ ਰਿਹਾ ਸੀ ਉਸ ਦੀ ਬਾਹ ਦੇ ਵਿੱਚ ਗੋਲੀ ਵੱਜੀ ਹੈ 14 ਅਕਤੂਬਰ 2015 ਨੂੰ ਬਾਬਲ ਕਲਾਂ ਗੋਲੀकांड ਹੋਇਆ ਸੀ ਇਸ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਔਰ ਸੁਖਰਾਜ ਸਿੰਘ ਤੋਂ ਜਾਣਦੇ ਆ ਕਿ ਆਖਰਕਾਰ ਇਹ ਘਟਨਾ ਕਿਵੇਂ ਵਾਪਰੀ ਕਿਵੇਂ ਉਹਨਾਂ ਦੀ ਬਾਹ ਦੇ ਵਿੱਚ ਗੋਲੀ ਲੱਗ ਗਈ ਕਿੱਥੇ ਅਤੇ ਕਿਹੜੇ ਸਮੇਂ ਦੇ ਵਿੱਚ ਬੈਠ ਕੇ ਉਹ ਆਪਣੀ ਬੰਦੂਕ ਸਾਫ਼ ਕਰ ਰਹੀ ਸੀ ਪਰ ਉਹ ਪਰ ਉਹ ਸਾਫ਼ ਕਰਦਾ ਸੀ ਬਈ ਸਾਫ਼ ਕਰਦਾ ਉਹਦੇ ਨਾਲ ਉਹ ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਬਾਹ ਚ ਉਹ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਤੇ ਫਿਰ ਕਿਵੇਂ ਉਹ ਠੀਕ ਆ ਬਈ ਵਧੀਆ ਚੱਲਦੀ ਕਲਾ ਇਹ ਚੱਲੀ ਕਿਵੇਂ ਉਹ ਸਾਫ਼ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਉਨੇ ਲੱਗੀ ਕਿੱਥੇ ਸੀ ਬਾਹਰ ਚ ਭਾਈ ਬਾਹਰ ਕੋਈ ਨਹੀਂ ਟੁੱਟਿਆ ਬਾਹਰ ਅੰਦਰ ਗਈਏ ਆਪਾਂ ਉਹਨੇ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਵੀਰੇ ਤੇ ਤੁਰੰਤ ਫਿਰ ਤੋਂ ਮੈਂ ਕਿਹਾ ਟੁੱਟ ਲਿਆ ਹਾਂਜੀ ਹਾਂਜੀ ਟੁੱਟ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਾਈਬਲ ਕਲਾ ਇਨਸਾਫ ਮੋਰਚੇ ਦੇ ਮੋਢੀ ਨੂੰ ਗੋਲੀ ਲੱਗ ਗਈ ਹੈ ਜੀ ਹਾਂ ਸੁਖਰਾਜ ਸਿੰਘ ਨੂੰ ਗੋਲੀ ਵੱਜੀ ਹੈ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਹੈ ਸੁਖਰਾਜ ਸਿੰਘ ਜੋ ਕਿ ਬਾਈਬਲ ਕਲਾ ਇਨਸਾਫ ਮੋਰਚੇ ਦੀ ਅਗਵਾਈ ਕਰ ਰਿਹਾ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਗਵਾਈ ਇਸ ਦੇ ਵੱਲੋਂ ਹੀ ਕੀਤੀ ਗਈ ਹੈ ਤੇ ਇਸ ਦੀ ਬਾਹਾਂ ਤੇ ਗੋਲੀ ਲੱਗੀ ਹੈ ਦੱਸ ਦਈਏ ਕਿ ਬਾਈਬਲ ਕਲਾ ਇਨਸਾਫ ਮੋਰਚੇ ਦਾ ਮੋਢੀ ਸੁਖਰਾਜ ਸਿੰਘ ਜੋ ਕਿ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਹੈ ਦਰਸਲ 2015 ਦੇ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਿੱਖ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਹੋਇਆ ਸੀ ਇਸ ਦੇ ਵਿੱਚ ਫਾਇਰਿੰਗ ਹੋਈ ਅਤੇ ਦੋ ਸਿੱਖ ਸ਼ਹੀਦ ਹੋ ਗਏ ਸੀ ਉਹਨਾਂ ਦੇ ਵਿੱਚੋਂ ਕ੍ਰਿਸ਼ਨ ਭਗਵਾਨ ਸਿੰਘ ਇੱਕ ਸਨ ਉਹਨਾਂ ਦਾ ਮੁੰਡਾ ਸੁਖਰਾਜ ਜੋ ਕਿ 2015 ਤੋਂ ਲੈ ਕੇ ਹੁਣ ਤੱਕ ਬਾਈਬਲ ਕਲਾ ਇਨਸਾਫ ਮੋਰਚੇ ਦਾ ਮੋਢੀ ਰਿਹਾ ਏ ਤੇ ਉਸ ਦੇ ਹੁਣ ਬਾਹ ਤੇ ਗੋਲੀ ਚੱਲੀ ਹੈ ਦਰਸਲ ਤੁਹਾਨੂੰ ਦੱਸ ਦਿੰਦੇ ਆ ਗੋਲੀ ਚੱਲਣ ਦੀ ਵਜ੍ਹਾ ਕੀ ਹੈ ਜਦ ਸੁਖਰਾਜ ਸਿੰਘ ਘਰ ਬੈਠ ਕੇ ਆਪਣੇ ਰਿਵਾਲਵਰ ਦੀ ਸਫਾਈ ਕਰ ਰੇ ਸੀ ਉਸ ਵੇਲੇ ਅਚਾਨਕ ਗੋਲੀ ਚੱਲ ਜਾਂਦੀ ਹੈ ਗੋਲੀ ਸਿੱਧੀ ਉਹਨਾਂ ਦੀ ਬਾਹ ਦੇ ਵਿੱਚ ਵੱਜਦੀ ਹੈ ਤੇ ਚੰਗੀ ਖਬਰ ਇਹ ਰਹੀ ਕਿ ਗੋਲੀ ਬਾਹ ਦੇ ਅੰਦਰ ਨਹੀਂ ਵੜੀ ਲੱਗ ਕੇ ਬਾਹ ਦੇ ਨਾਲ ਅੱਗੇ ਲੰਘ ਗਈ ਜਿਸ ਕਰਕੇ ਬਚਾਅ ਹੋ ਗਿਆ ਸੁਖਰਾਜ ਸਿੰਘ ਦਾ ਗੌਰਤਲਬ ਹੈ ਕਿ ਬੈਬਲ ਕਲਾ ਗੋਲੀकांड ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ ਸੁਖਰਾਜ ਸਿੰਘ ਜੋ ਕਿ ਇਸ ਗੋਲੀकांड ਮਾਮਲੇ ਦੀ ਪੈਰਵੀ ਕਰ ਰਿਆ ਸੀ ਉਸ ਦੀ ਬਾਹ ਦੇ ਵਿੱਚ ਗੋਲੀ ਵੱਜੀ ਹੈ 14 ਅਕਤੂਬਰ oh 2015 ਨੂੰ ਬਾਈਬਲ ਕਲਾ ਗੋਲੀकांड ਹੋਇਆ ਸੀ ਇਸ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਆਓ ਸੁਖਰਾਜ ਸਿੰਘ ਤੋਂ ਜਾਣਦੇ ਹਾਂ ਕਿ ਆਖਰਕਾਰ ਇਹ ਘਟਨਾ ਕਿਵੇਂ ਵਾਪਰੀ ਕਿਵੇਂ ਉਹਨਾਂ ਦੀ ਬਾਹ ਦੇ ਵਿੱਚ ਗੋਲੀ ਲੱਗ ਗਈ ਕਿੱਥੇ ਅਤੇ ਕਿਹੜੇ ਸਮੇਂ ਦੇ ਵਿੱਚ ਬੈਠ ਕੇ ਉਹ ਆਪਣੀ ਬੰਦੂਕ ਸਾਫ਼ ਕਰ ਰਹੀ ਸੀ ਪਰ ਉਹ ਪਰ ਉਹ ਸਾਫ਼ ਕਰਦਾ ਸੀ ਬਈ ਸਾਫ਼ ਕਰਦਾ ਉਹਦੇ ਨਾਲੋਂ ਪ੍ਰੈਸ ਹੋ ਗਿਆ ਤੋਂ ਦੇ ਕਰਕੇ ਬਾਹਰ ਜਿਹੜੀ ਕੋਈ ਦਿੱਕਤ ਨਹੀਂ ਆ ਵੱਡੀ ਗੱਲ ਨਹੀਂ ਆ ਠੀਕ ਆ ਬਸ ਤੇ ਕਿਵੇਂ ਉਹ ਠੀਕ ਆ ਭਾਈ ਵਧੀਆ ਚੱਬੀ ਕਲਾ ਇਹ ਚੱਲੀ ਕਿਵੇਂ ਉਹ ਸਾਫ ਕਰ ਰਿਹਾ ਸੀ ਮੈਂ ਦੱਸ ਰਿਹਾ ਤੁਹਾਨੂੰ ਉਹਦੇ ਕਰਕੇ ਲੱਗੀ ਇੱਥੇ ਸੀ ਬਾਹਰ ਆ ਭਾਈ ਬਾਹਰ ਕੋਈ ਨਹੀਂ ਟੁੱਟਿਆ ਬਾਹਰ ਅੰਦਰ ਗਈਏ ਆਪਾਂ ਉਹਨੇ ਉੱਪਰਲੇ ਮਾਸ ਦੇ ਚੂਈਆਂ ਬਾਹਰ ਕੋਈ ਵੱਡੀ ਗੱਲ ਨਹੀਂ ਵੀਰੇ ਤੇ ਤੁਰੰਤ ਫਿਰ ਤੋਂ ਮੈਂ ਤੇ ਵੀ ਤੁਹਾਨੂੰ ਲੱਗਿਆ ਹਾਂਜੀ ਹਾਂਜੀ ਕੋਈ ਨਹੀਂ